ਪੁਲ ਸਾਹਿਬ ਕੀ ਮੰਥਨ ਹੋਇਆ ਅੰਦਰ ਕੀ ਗੱਲਬਾਤ ਮੰਥਨ ਤਾਂ ਜੀ ਅੱਜ ਮੰਤਰੀ ਨੂੰ ਪੰਚਾਇਤ ਮੰਤਰੀ ਨੂੰ ਮਿਲਣਾ ਬਾਦਕਾਰ ਵਾਲੇ ਮਸਲੇ ਤੇ ਉਹ ਅਸੀਂ ਮੰਗ ਪੱਤਰ ਤਿਆਰ ਕਰ ਲਿਆ ਇਹ ਮੰਗ ਪੱਤਰ ਦੇ ਜਿੰਨੇ ਇਹ ਨੁਕਤੇ ਹੈਗੇ ਆ 10 11 ਇਹਨਾਂ ਤੇ ਕੱਲੇ ਕੱਲੇ ਤੇ ਚਰਚਾ ਹੋਊਗੀ 90 ਅਰਸ ਤੋਂ ਕਿਸਾਨਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਸਰਕਾਰ ਉਤਲੇ ਪਾਸੇ ਦਾ ਚੱਲ ਰਹੀ ਹੈ ਜਿਹੜੇ ਧਨਾਡਾਂ ਦੀਆਂ ਲੀਡਰਾਂ ਦੀਆਂ ਜ਼ਮੀਨਾਂ ਦੱਬੀਆਂ ਹੋਣ ਚੰਡੀਗੜ੍ਹ ਮੋਹਾਲੀ ਦੇ ਨੇੜੇ ਅਫਸਰਾਂ ਦੀਆਂ ਪੁਲਿਸ ਅਫਸਰ ਵੀ ਕਈ ਅਫਸਰ ਵੀ ਨੇ ਉਹਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਉਹ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਸੀ ਉਹਨਾਂ ਜ਼ਮੀਨਾਂ ਦੀ ਜਾਂਚ ਕਰਨ ਦੇ ਖਾਤਰ ਉਹ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੇ ਰਿਪੋਰਟ ਦੇਤੀ ਵੀ ਜਦ ਪੁੱਛਿਆ ਸੀ ਨਾ ਵੀ ਹਾਂ ਇੱਥੇ ਕੋਈ ਨਜਾਇਜ਼ ਕਬਜ਼ੇ ਹੋਇਆ ਕਿ ਨਹੀਂ ਹੋਏ ਉਹਨੇ ਰਿਪੋਰਟ ਦਿੱਤੀ ਵੀ ਇਕੱਲੀ ਖਰੜ ਤਹਿਸੀਲ ਦੇ ਵਿੱਚ 25,000 ਏਕੜ ਦੇ ਨਜਾਇਜ਼ ਕਬਜ਼ੇ ਹੈ ਵੱਡੇ ਅਧਿਕਾਰੀਆਂ ਦੇ ਵੱਡੇ ਪੋਲੀਟੀਕਲ ਲੀਡਰਾਂ ਦੇ ਉਹਨੇ ਰਿਪੋਰਟ ਦਿੱਤੀ ਜਿਹੜੀ ਕਮਿਸ਼ਨ ਨੇ ਸੀਗੇ ਨਾ ਜਦੋਂ ਕਮਿਸ਼ਨ ਨੇ ਰਿਪੋਰਟ ਦਿੱਤੀ ਹੁਣ ਕਸਰ ਕੀ ਹੈ 25,000 ਨੂੰ ਪਹਿਲਾਂ ਛਡਾਵੇ ਉਹ ਹੈ ਨਜਾਇਜ਼ ਵੱਡੇ ਲੀਡਰ ਨੇ ਵੱਡੇ ਧਨਾੜ ਨੇ ਅਫਸਰ ਵੀ ਨੇ ਉਹਨਾਂ ਵਿੱਚ ਚੰਡੀਗੜ੍ਹ ਤੇ ਮੋਹਾਲੀ ਦੇ ਏਰੀਆ ਵਿੱਚ ਬਹੁਤ ਰਕਮਾਂ ਦੱਬੀਆਂ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਗੱਲ ਉਦੋਂ ਵੀ ਅਸੀਂ ਕੀਤੀ ਆ ਮੀਟਿੰਗ 'ਚ ਵੀ ਭਗਵੰਤ ਮਾਨ ਜੀ ਨੂੰ ਕਹੀ ਸੀ ਗੱਲ ਕਿ ਤੁਸੀਂ ਵਿਚਾਰੇ 2-2 ਕਿੱਲਿਆਂ ਨੂੰ ਚੁੰਬੜ ਗਏ ਅਗਰ ਜਿਹੜੇ ਬੰਦੇ ਇੱਥੇ ਕਲੋਨੀਆਂ ਖੜੀਆਂ ਕਰ ਰਹੇ ਨੇ ਇਹੋ ਜਿਹੀਆਂ ਜ਼ਮੀਨਾਂ ਦੇ ਕਬਜ਼ਾ ਕਰਕੇ ਵਿੰਗੇ ਟੇਡੇ ਢੰਗਾਂ ਨਾਲ ਉਹਨਾਂ ਵੱਲ ਨੂੰ ਝਾਕਣ ਦੀ ਲੋੜ ਹੈ ਨਾ ਕਿ ਇਹਨਾਂ ਵਿਚਾਰੇ ਰੋਟੀ ਕਮਾਉਣ ਵਾਲਿਆਂ ਨੂੰ ਮੰਥਨ ਹੋਇਆ ਅੱਜ ਉਸ ਤੋਂ ਬਾਅਦ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਮੀਟਿੰਗ ਹੋਣ ਜਾ ਰਹੀ ਆ ਗੱਲਬਾਤ ਵੀ ਤੁਹਾਡੀ ਕਰਾਵਾਂਗੇ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਗਈ ਆ ਜੋ ਬੀਤੇ ਦਿਨੀ ਮੋਹਾਲੀ ਅਤੇ ਚੰਡੀਗੜ੍ਹ ਦੀ ਹੱਦ 'ਤੇ ਜਿਹੜਾ ਮੋਰਚਾ ਲੱਗਿਆ ਸੀ ਕੁਝ ਮੰਗਾਂ ਸਰਕਾਰ ਨੇ ਮੌਕੇ 'ਤੇ ਪ੍ਰਵਾਨ ਕਰ ਲਈਆਂ ਸੀ ਅਤੇ ਕੁਝ ਮੰਗਾਂ ਬਾਰੇ ਅੱਜ ਚਰਚਾ ਹੋਣ ਜਾ ਰਹੀ ਆ ਕਿਸਾਨ ਲੀਡਰਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਪੰਜਾਬ ਸਰਕਾਰ ਦੇ ਨਾਲ ਅੱਜ ਮੀਟਿੰਗ ਹੋਣ ਜਾ ਰਹੀ ਆ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅੰਦਰ ਹੁਣ ਮੰਥਨ ਕੀਤਾ ਗਿਆ ਗੱਲਬਾਤ ਵੀ ਕਰਾਉਣ ਦਾ ਯਤਨ ਕਰਾਂਗੇ ਕੀ ਅੰਦਰ ਗੱਲਬਾਤ ਹੋਈ ਆ ਮੀਟਿੰਗ ਦੇ ਵਿੱਚ ਅੰਦਰ ਗੱਲਬਾਤ ਇਹੀ ਹੋਈ ਆ ਕਿ ਸਰਕਾਰ ਕੋਲੋਂ ਸਾਡੀ ਜਿਹੜੀ ਆ ਬੇਨਤੀ ਇਹੀ ਹੋਊਗੀ ਜੋ ਆਬਾਦਕਾਰ ਕਿਸਾਨ ਨੇ ਜਿਹੜੇ ਲੰਬੇ ਸਮੇਂ ਤੋਂ ਜ਼ਮੀਨਾਂ ਦੇ ਕਾਬਜ਼ਕਾਰ ਨੇ ਸਰਕਾਰ ਨੇ ਖੁਦ ਅਲਾਟ ਕੀਤੀਆਂ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਮਾਲਕਾਂ ਹੱਕ ਦਿੱਤੇ ਜਾਣ ਔਰ ਜਿਨ੍ਹਾਂ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਜਬਰੀ ਜ਼ਮੀਨਾਂ ਜਿਹੜੀਆਂ ਮਹਿੰਗੀਆਂ ਕਰੋੜਾਂ ਦੀਆਂ ਜ਼ਮੀਨਾਂ ਜਿਹੜੀਆਂ ਦੱਬੀਆਂ ਹੋਈਆਂ ਨੇ ਅਗਰ ਸਰਕਾਰ ਉਹਨਾਂ ਨੂੰ ਕਬਜ਼ੇ ਛੁਡਾਉਣ ਦੀ ਆ ਉਹਦੇ 'ਚ ਆਪਾਂ ਕਿਸਾਨ ਯੂਨੀਅਨ ਉਹਨਾਂ ਦਾ ਸਾਥ ਦੇਵਾਂਗੇ ਕਿਵੇਂ ਲੱਗਦਾ ਇਹਨਾਂ ਦੇ ਮੁੱਦੇ 'ਤੇ ਚਰਚਾ ਹੋਊ ਗੱਲ ਕਰ ਲਈਏ ਹੋਰ ਵੀ ਮੁੱਦਾ ਅੱਜ ਮੁੱਦਾ ਸਿਰਫ ਜ਼ਮੀਨਾਂ ਦੇ ਮੁੱਦੇ 'ਤੇ ਗੱਲ ਹੋਊਗੀ ਹੋਰ ਕੋਈ ਗਵੰਦਾ ਨਹੀਂ ਜੋ ਸਰਕਾਰ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾ ਰਹੀ ਆ ਉਹਨਾਂ 'ਤੇ ਅੱਜ ਜਿਹੜੀ ਪੰਜਾਬ ਦੀਆਂ ਕਿਸਾਨ ਜਥੇਬੰਦੀ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਆ ਪਹਿਲਾਂ ਕੁਝ ਮੰਗਾਂ ਸਰਕਾਰ ਨੇ ਮੰਨ ਲਈਆਂ ਸਾਡੇ ਨਾਲ ਸਰਜੀਤ ਸਿੰਘ ਫੂਲ ਨੇ ਫੂਲ ਸਾਹਿਬ ਕੀ ਮੰਥਨ ਹੋਇਆ ਅੰਦਰ ਕੀ ਗੱਲਬਾਤ ਮੰਥਨ ਤਾਂ ਜੀ ਅੱਜ ਮੰਤਰੀ ਨੂੰ ਪੰਚਾਇਤ ਮੰਤਰੀ ਨੂੰ ਮਿਲਣਾ ਆਬਾਦਕਾਰ ਵਾਲੇ ਮਸਲੇ 'ਤੇ ਉਹ ਅਸੀਂ ਮੰਗ ਪੱਤਰ ਤਿਆਰ ਕਰ ਲਿਆ ਜਿਹੜਾ ਦੇਣਾ ਸਾਰੇ ਆਬਾਦਕਾਰਾਂ ਨਾਲ ਸੰਬੰਧਿਤ ਅਤੇ 12 ਵਜੇ ਦਾ ਟਾਈਮ ਹੈ ਇਹ ਮੰਗ ਪੱਤਰ ਦੇ ਜਿੰਨੇ ਇਹ ਨੁਕਤੇ ਹੈਗੇ ਆ 10-11 ਇਹਨਾਂ 'ਤੇ ਇਕੱਲੇ ਇਕੱਲੇ 'ਤੇ ਚਰਚਾ ਹੋਊਗੀ ਉਸ ਤੋਂ ਬਾਅਦ ਕੀ ਗੱਲਬਾਤ ਹੋਊਗੀ ਪੁਆਇੰਟਾਂ ਤਾਂ ਇਹਦੇ 'ਚ ਤਾਂ ਇਹ ਹੈਗਾ ਵੀ ਇੱਕ ਤਾਂ ਜਿਹੜੀ ਉਹ ਕਾਸ਼ਤਕਾਰ ਕਾਬਜ਼ਕਾਰ 1950 ਤੋਂ ਪਹਿਲਾਂ ਦੇ ਆ ਜਦੋਂ ਹਜੇ ਇੱਕ ਸੰਵਿਧਾਨ ਵੀ ਨਹੀਂ ਬਣਿਆ ਸੀਗਾ ਉਹਨਾਂ ਦਾ ਤਾਂ ਅਸੀਂ ਕਹਿੰਦੇ ਮਤਲਬ ਹੀ ਨਹੀਂ ਪੁੱਛਣ ਦਾ ਕੋਈ ਵੀ ਉਹਨਾਂ ਨੂੰ ਤਾਂ ਹੁਣੇ ਤੋਂ ਉਹਨਾਂ ਨੂੰ ਮਾਲਕੀ ਦੇਣੀ ਚਾਹੀਦੀ ਘੱਟ ਤੋਂ ਘੱਟ ਕੀਮਤ 'ਤੇ ਅਸਲ 'ਚ ਤਾਂ ਉਹਨਾਂ ਨੂੰ ਤਾਂ ਫ੍ਰੀ 'ਚ ਦੇਣੀ ਚਾਹੀਦੀ ਹੈ ਦੂਜਾ ਉਦੋਂ ਬਾਅਦ ਜਿਹੜੇ ਬਾਅਦ 'ਚੋਂ ਬਾਅਦ ਕੀਤੀਆਂ ਨੇ ਜਿਹੜੀਆਂ 50-50 ਸਾਲਾਂ ਦੀਆਂ ਕਾਸ਼ਤ ਕੀਤੀਆਂ ਜ਼ਮੀਨਾਂ ਹੈਗੀਆਂ ਨੇ ਉਹਨਾਂ ਨੇ ਬੰਜਰ ਸੰਭਾਲੀਆਂ ਨੇ ਸਰਕਾਰ ਨੇ ਪਟੇ ਤੋਂ ਸੰਭਾਲੀਆਂ ਨੇ ਜਾਂ ਕਿਸੇ ਹੋਰ ਸਕੀਮ ਤਹਿਤ ਸੰਭਾਲੀਆਂ ਨੇ ਉਹਨਾਂ ਨੂੰ ਕਹਿਤਾ ਵੀ ਤੁਹਾਨੂੰ ਮਾਲਕੀ ਦੇ ਦੇਵਾਂਗੇ ਤੁਸੀਂ ਵਾਹ ਲਓ ਹੁਣ ਜਦੋਂ ਉਹਨਾਂ ਨੇ ਆਪਣਾ ਸਾਰਾ ਘਰ ਬਾਰ ਉਹਦੇ 'ਤੇ ਲਾਤਾ ਜਿਹੜੀਆਂ 'ਚ ਘਾਹ ਵੀ ਨਹੀਂ ਹੁੰਦਾ ਸੀਗਾ ਉਹਦੇ 'ਤੇ ਜਿਪਸਮ ਪਾ ਪਾ ਕੇ ਬਾਹਰੋਂ ਮਿੱਟੀ ਲਿਆ ਲਿਆ ਕੇ ਢਾਂਚਾ ਬੀਜ ਬੀਜ ਕੇ ਉਹਦੇ ਵਿੱਚ ਉਹਨਾਂ ਨੂੰ ਬਹਿਕ ਕੀਤਾ ਉਹਨਾਂ ਦੇ ਕਹਿਣ 'ਤੇ ਬਹਿਕ ਕੀਤਾ ਅਤੇ ਫਿਰ ਉਹ ਆਬਾਦ ਕੀਤਾ ਉਹਨਾਂ ਨੂੰ ਬਾਹੀਯੋਗ ਬਣਾਇਆ ਅਤੇ ਉਹਨਾਂ ਦੀ ਮਾਲਕੀ ਦੇਣੀ ਚਾਹੀਦੀ ਉਹ ਰੱਖਾਂਗੇ ਅਸੀਂ ਹਾਂ ਜਿਹੜਾ ਇਹ ਅਸੀਂ ਪਹਿਲਾਂ ਹੀ ਕਹਿਤਾ ਵੀ ਜਿਹੜੇ ਨਜਾਇਜ਼ ਕਾਬਜ਼ਕਾਰ ਹੈ ਜਿਨ੍ਹਾਂ ਨੇ ਕੋਈ ਉਹਦੇ 'ਚ ਕਿਸੇ ਨੂੰ ਸਮਾਰਨ 'ਚ ਜ਼ਮੀਨ ਨੂੰ ਮਿਹਨਤ ਨਹੀਂ ਕੀਤੀ ਕੋਈ ਉਹਨਾਂ ਨੇ ਉਹਦੇ ਵਿੱਚ ਉਹਨੂੰ ਬਾਹੀਯੋਗ ਬਣਾਉਣ ਦੇ ਵਿੱਚ ਉਹਨਾਂ ਦੀ ਕੋਈ ਨਾ ਖਰਚਾ ਨਾ ਉਹਨਾਂ ਦਾ ਕੋਈ ਲੇਬਰ ਹੈ ਉਹ ਹੀ ਦੱਬ ਲਈ ਉਹਨਾਂ ਨੇ ਸਮਰੀ ਸਮਰਾਈ ਜਾਂ ਚੱਲ ਇੱਥੇ ਚੰਡੀਗੜ੍ਹ ਕੋਲ ਆਹ ਜਿਹੜੀ ਨਵੇਂ ਚੰਡੀਗੜ੍ਹ ਕੋਲ ਦੱਬੀ ਉਹ ਭਾਵੇਂ ਪੰਚਾਇਤ ਦੀ ਜ਼ਮੀਨ ਹੈ ਨਹੀਂ ਵੀ ਬਹਿਕ ਉਹ ਦੱਬ ਲਈ ਦੱਬੀਆਂ ਵੀ ਹੁਣ ਪਿਛਲੇ 5-7 ਸਾਲਾਂ 'ਚ ਉਹਨਾਂ ਤੋਂ ਅਸੀਂ ਕਹਿੰਦੇ ਹਾਂ ਵੀ ਛਡਾ ਲਏ ਸਾਨੂੰ ਕੋਈ ਇਤਰਾਜ਼ ਨਹੀਂ ਬਹੁਤ ਲੰਬੇ ਅਰਸ ਤੋਂ ਕਿਸਾਨਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਸਰਕਾਰ ਉਤਲੇ ਪਾਸੇ ਦਾ ਚੱਲ ਰਹੀ ਹੈ ਜਿਹੜੇ ਧਨਾਡਾਂ ਦੀਆਂ ਲੀਡਰਾਂ ਦੀਆਂ ਜ਼ਮੀਨਾਂ ਦੱਬੀਆਂ ਹੋਣ ਚੰਡੀਗੜ੍ਹ ਮੋਹਾਲੀ ਦੇ ਨੇੜੇ ਅਫਸਰਾਂ ਦੀਆਂ ਪੁਲਿਸ ਅਫਸਰ ਵੀ ਕਈ ਅਫਸਰ ਵੀ ਨੇ ਉਹਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਉਹ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਸੀ ਉਹਨਾਂ ਜ਼ਮੀਨਾਂ ਦੀ ਜਾਂਚ ਕਰਨ ਦੇ ਖਾਤਰ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਉਹ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੇ ਰਿਪੋਰਟ ਦੇਤੀ ਵੀ ਜਦ ਪੁੱਛਿਆ ਸੀ ਨਾ ਵੀ ਹਾਂ ਇੱਥੇ ਕੋਈ ਨਜਾਇਜ਼ ਕਬਜ਼ੇ ਹੋਇਆ ਕਿ ਨਹੀਂ ਹੋਏ ਉਹਨੇ ਰਿਪੋਰਟ ਦਿੱਤੀ ਵੀ ਇਕੱਲੀ ਖਰੜ ਤਹਿਸੀਲ ਦੇ ਵਿੱਚ 25,000 ਏਕੜ ਦੇ ਨਜਾਇਜ਼ ਕਬਜ਼ੇ ਹੈ ਵੱਡੇ ਅਧਿਕਾਰੀਆਂ ਦੇ ਵੱਡੇ ਪੋਲੀਟੀਕਲ ਲੀਡਰਾਂ ਦੇ ਉਹਨੇ ਰਿਪੋਰਟ ਦਿੱਤੀ ਜਿਹੜੀ ਕਮਿਸ਼ਨ ਨੇ ਸੀਗੇ ਨਾ ਜਦੋਂ ਕਮਿਸ਼ਨ ਨੇ ਰਿਪੋਰਟ ਦਿੱਤੀ ਹੁਣ ਕਸਰ ਕੀ ਹੈ 25,000 ਨੂੰ ਪਹਿਲਾਂ ਛਡਾਵੇ ਉਹ ਹੈ ਨਜਾਇਜ਼
ਖੱਡਲ ਜਗਜੀਤ ਸਿੰਘ ਡੱਲੇਵਾਲ ਵੀ ਨੇ ਡੱਲੇਵਾਲ ਸਾਹਿਬ ਕੀ ਮੀਟਿੰਗ 'ਚ ਮੰਤਰ ਗੱਲਬਾਤ ਹੋਈ ਆ ਸਰਕਾਰ ਨਾਲ ਕਿਹੜੇ ਮੁੱਦੇ ਚਰਚਾ ਹੋਈ ਦੇਖੋ ਜਿਹੜਾ ਮੁੱਦਾ ਤੇ ਸਾਰਿਆਂ ਨੂੰ ਪਤਾ ਹੈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਵਿੰਗੇਟੇਡ ਢੰਗ ਅਪਣਾ ਕੇ ਸਰਕਾਰ ਜਿਹੜੇ ਲੋਕ ਵਿਚਾਰੇ ਲੰਬੇ ਸਮੇਂ ਤੋਂ ਆਪਦੀ ਰੋਟੀ ਕਮਾ ਰਹੇ ਹੈ ਆਪਦੀ ਰੋਜੀ ਆਪਦਾ ਪਰਿਵਾਰ ਪਾਲ ਰਹੇ ਹੈ ਕੋਈ ਕਿੱਲਾ ਵਾਹ ਰਿਹਾ ਕੋਈ ਡੋਢ ਕਿੱਲਾ ਵਾਹ ਰਿਹਾ ਕੋਈ ਦੋ ਕਿੱਲੇ ਵਾਹ ਰਿਹਾ ਔਰ ਆਬਾਦ ਕੀਤੀਆਂ ਲੋਕਾਂ ਨੇ ਜ਼ਮੀਨਾਂ ਕੋਈ ਐਮ ਨਹੀਂ ਹੈ ਬਹੁਤ ਸਾਰੇ ਕੇਸ ਦੇ ਵਿੱਚ ਇਹੋ ਜਿਹੇ ਹੈ ਕਿ 1904 ਤੋਂ ਲੋਕ ਮਤਲਬ ਉਹਦੇ ਤੋਂ ਰੋਟੀ ਕਮਾਉਂਦੇ ਆ ਕਮਾ ਕੇ ਖਾਂਦੇ ਆ ਰਹੇ ਆ ਔਰ ਦੋ ਦੋ ਕਿੱਲਿਆਂ ਦੇ ਮਾਲਕ ਬੈਠੇ ਨੇ ਉਹ ਔਰ ਉਹਨਾਂ ਦੀਆਂ ਗਰਦੌਰੀਆਂ ਅੱਜ ਵੀ ਉਹਨਾਂ ਦੇ ਨਾਂ ਬੋਲ ਰਹੀਆਂ ਸਰਕਾਰ ਨੇ ਪਤਾ ਨਹੀਂ ਕਿਹੜਾ ਫਾਰਮੂਲਾ ਕੱਢ ਲਿਆ ਕਿ ਉਹਨਾਂ ਲੋਕਾਂ ਨੂੰ ਮਤਲਬ ਉੱਥੋਂ ਉਠਾਉਣਾ ਸ਼ੁਰੂ ਕਰ ਲਿਆ ਔਰ ਜਦੋਂ ਮੰਤਰੀ ਜਾ ਕੇ ਖੜਦਾ ਹੈ ਉਦੋਂ ਫਿਰ ਲੋਕ ਵਿਚਾਰੇ ਡਰਦੇ ਮਤਲਬ ਛੱਡ ਗਏ ਪੁਲਿਸ ਨੂੰ ਵੇਖ ਕੇ ਪਿਛਾਂ ਭੱਜਦੇ ਆ ਔਰ ਇਹ ਧੱਕੇਸ਼ਾਹੀ ਸੀਗੀ ਇਸ ਧੱਕੇਸ਼ਾਹੀ ਦੇ ਸੰਬੰਧ 'ਚ ਅੱਜ ਸਾਰਾ ਰਿਕਾਰਡ ਅਸੀਂ ਸਰਕਾਰ ਦੇ ਸਾਹਮਣੇ ਰੱਖਣਾ ਕਿ ਆਹ ਦੇਖੋ ਇਹਨਾਂ ਗੱਲਾਂ ਦੇ ਵਿੱਚੋਂ ਸਿੱਧ ਹੁੰਦਾ ਹੈ ਕਿ ਇਹਨਾਂ ਲੋਕਾਂ ਨੂੰ ਉਠਾਉਣਾ ਵਾਜਬ ਨਹੀਂ ਹੈ ਇਹਨਾਂ ਜ਼ਮੀਨਾਂ ਦੀ ਪੰਚਾਇਤ ਮਾਲਕ ਨਹੀਂ ਹੈ ਔਰ ਇਹ ਜਿਹੜੀਆਂ ਹਾਂ ਜਿਹੜੀ ਪੰਚਾਇਤੀ ਜ਼ਮੀਨ ਹੈ ਉਹਦੇ 'ਤੇ ਕੋਈ ਕਾਬਜ਼ ਹੈ ਉਹਦੀ ਬਿਲਕੁਲ ਅਸੀਂ ਮਤਲਬ ਗੱਲ ਨਹੀਂ ਕਰਦੇ ਜਿਹੜੀ ਸਰਕਾਰੀ ਜ਼ਮੀਨਾਂ ਦੇ ਉੱਤੇ ਲੰਬੇ ਸਮੇਂ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਆਬਾਦ ਕੀਤੀਆਂ ਜ਼ਮੀਨਾਂ ਹੈ ਜਾਂ ਲੋਕਾਂ ਨੇ ਪੈਸੇ ਭਰੇ ਨੇ ਜਾਂ ਗਹਿਣਾ ਭਰਿਆ ਹੋਇਆ ਉਹਨਾਂ ਲੋਕਾਂ ਨੂੰ ਕਿਰਪਾ ਕਰਕੇ ਨਾ ਛੇੜੋ ਲੋਕਾਂ ਤੇ ਕਿਉਂ ਨਹੀਂ ਪਹਿਲਾਂ ਹੱਥ ਪਾਇਆ ਗਿਆ ਜਿਹੜੇ ਵੱਡੇ ਲੀਡਰ ਨੇ ਵੱਡੇ ਧਨਾੜ ਨੇ ਅਫਸਰ ਵੀ ਨੇ ਉਹਨਾਂ ਵਿੱਚ ਚੰਡੀਗੜ੍ਹ ਤੇ ਮੋਹਾਲੀ ਦੇ ਏਰੀਆ 'ਚ ਬਹੁਤ ਰਕਮਾਂ ਦੱਬਿਆ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਗੱਲ ਉਦੋਂ ਵੀ ਅਸੀਂ ਕੀਤੀ ਆ ਮੀਟਿੰਗ 'ਚ ਵੀ ਭਗਵੰਤ ਮਾਨ ਜੀ ਨੂੰ ਕਹੀ ਸੀ ਗੱਲ ਕਿ ਤੁਸੀਂ ਵਿਚਾਰੇ ਦੋ ਦੋ ਕਿੱਲਿਆਂ ਵਾਲੇ ਨੂੰ ਚੁੰਬੜ ਗਏ ਔਰ ਜਿਹੜੇ ਧਨਾੜ ਲੋਕ ਨੇ ਜਾਂ ਮੈਂ ਇਹ ਕਹੂੰਗਾ ਵੱਡੇ ਮਗਰਮੱਛ ਜਿਹੜੇ ਮੈਂ ਤਾਂ ਉਹਦੇ ਵੀ ਇਸ਼ਾਰਾ ਕੀਤਾ ਸੀਗਾ ਵੀ ਆਹ ਜਿਹੜਾ ਚੰਡੀਗੜ੍ਹ ਦੇ ਦਾਲੇ ਬਦਾਲੇ ਮੋਹਾਲੀ ਦੇ ਦਾਲੇ ਬਦਾਲੇ ਤੁਸੀਂ ਕਿਹੜਾ ਮੰਨ ਨਿਗਾ ਮਾਰੋ ਔਰ ਇੱਥੋਂ ਦੀ ਰਿਪੋਰਟ ਆ ਗਈ ਕਿ 25,000 ਏਕੜ ਜ਼ਮੀਨ ਇੱਥੇ ਮਤਲਬ ਲੋਕ ਨੱਪੀ ਬੈਠੇ ਨੇ ਇਹ ਇਨਕੁਆਇਰੀ ਕਰਨ ਦੀ ਲੋੜ ਹੈ ਇਹ ਪੜਤਾਲ ਕਰਕੇ ਉਹਨਾਂ ਲੋਕਾਂ ਦੇ ਹੇਠੋਂ ਕਢਾਉਣ ਦੀ ਲੋੜ ਹੈ ਕਿਸਾਨ ਵਿਚਾਰਾ ਜਿਹੜਾ ਰੋਟੀ ਕਮਾ ਕੇ ਦੇਖੋ ਇਹਦਾ ਦੋ ਤਰੀਕੇ ਨੇ ਇੱਕ ਤਾਂ ਬੰਦਾ ਆਪਦਾ ਪਰਿਵਾਰ ਪਾਲ ਰਿਹਾ ਹੈ ਇੱਕ ਉਹਦੇ ਤੋਂ ਇਨਕਮ ਕਰਕੇ ਕਰੋੜਾਂ ਰੁਪਈਆ ਕਮਾ ਰਿਹਾ ਹੈ ਉਹਦੇ 'ਚ ਫਰਕ ਹੈ ਅਗਰ ਜਿਹੜੇ ਬੰਦੇ ਇੱਥੇ ਕਲੋਨੀਆਂ ਖੜੀਆਂ ਕਰ ਰਹੇ ਨੇ ਇਹੋ ਜਿਹੀਆਂ ਜ਼ਮੀਨਾਂ ਦੇ ਕਬਜ਼ਾ ਕਰਕੇ ਵਿੰਗੇ ਟੇਢੇ ਢੰਗਾਂ ਨਾਲ ਉਹਨਾਂ ਵੱਲ ਨੂੰ ਝੱਕਣ ਦੀ ਲੋੜ ਹੈ ਨਾ ਕਿ ਇਹਨਾਂ ਵਿਚਾਰੇ ਰੋਟੀ ਕਮਾਉਣ ਵਾਲਿਆਂ ਨੂੰ ਸਰ ਪਾਣੀ ਦਾ ਬੜਾ ਮਸਲਾ ਹੈ ਪੰਜਾਬ ਦੇ ਵਿੱਚ ਹੁਣ ਨਹਿਰਾਂ ਦਾ ਪਾਣੀ ਜਿਵੇਂ ਗੰਧਲਾ ਹੋ ਗਿਆ ਜ਼ਹਿਰੀਲਾ ਹੋ ਗਿਆ ਜਿਹੜੇ ਲੈਟਰ ਜਾਰੀ ਹੋਏ ਨੇ ਵੀ ਤੁਸੀਂ ਪਾਣੀ ਪੀਣ ਲਈ ਨਾ ਵਰਤੋ ਸਿੰਚਾਈ ਲਈ ਵਰਤੋ ਸਿੰਚਾਈ ਦੇ ਵਿੱਚ ਨਹੀਂ ਨੁਕਸਾਨ ਹੋਣਾ ਹੁਣ ਸਵਾਲ ਇਸ ਗੱਲ ਦਾ ਹੈ ਅੱਜ ਇਹ ਆ ਗਿਆ ਨਾ ਲੈਟਰ ਜਾਰੀ ਹੋ ਗਿਆ ਮੇਰਾ ਖਿਆਲ ਹੈ ਸੰਸਥਾਵਾਂ ਨੂੰ ਸਾਡੇ ਵਰਗੇ ਲੋਕਾਂ ਨੂੰ ਰੋਂਦਿਆਂ ਨੂੰ ਕਰਲਾਉਂਦਿਆਂ ਨੂੰ ਅੱਜ 15-18 ਸਾਲ ਹੋ ਗਏ ਜੀ ਕਦੇ ਮੱਛੀਆਂ ਮਰ ਜਾਂਦੀਆਂ ਹੈ ਕਦੇ ਸਾਡੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹੈ ਇਹ ਕੈਮੀਕਲ ਵਾਲੇ ਪਾਣੀ ਕਰਕੇ ਲੇਕਿਨ ਨਹੀਂ ਸੁਣੀ ਜਾ ਰਹੀ ਸੀ ਨਾ ਗੱਲ ਅੱਜ ਰਿਪੋਰਟ ਜਾਰੀ ਹੋ ਗਈ ਕਿ ਬਹੁਤ ਮਤਲਬ ਸਿਹਤ ਲਈ ਘਾਤਕ ਹੈ ਅਤੇ 15 ਸਾਲ ਤੋਂ ਪੀ ਕੇ ਲੋਕ ਜਿਹੜੇ ਰੋਗੀ ਹੋ ਗਏ ਉਹਨਾਂ ਦਾ ਜ਼ਿੰਮੇਵਾਰ ਕੌਣ ਫਸਲਾਂ ਵੀ ਉਹੀ ਪਾਣੀ ਲੈ ਰਹੀਆਂ ਨੇ ਔਰ ਉਹ ਫਸਲ ਦੇ ਵਿੱਚੋਂ ਪਾਣੀ ਲੈ ਕੇ ਉਹੀ ਰਸਾਇਣਿਕ ਤੱਤ ਮਨੁੱਖ ਦੇ ਸਰੀਰ 'ਚ ਜਾ ਰਿਹਾ ਪਸ਼ੂਆਂ ਦੇ ਸਰੀਰ 'ਚ ਜਾ ਰਿਹਾ ਤਾਂ ਇਹਦੇ 'ਤੇ ਤਾਂ ਬਹੁਤ ਚਿਰ ਦਾ ਰੌਲਾ ਪਰ ਉਹਦੇ 'ਚ ਵੀ ਗੱਲ ਉਹੀ ਹੈ ਕਿ ਪਾਣੀ ਨੂੰ ਗੰਧਲਾ ਕਰ ਕੌਣ ਰਿਹਾ ਹੈ ਸਾਡੇ 'ਤੇ ਆ ਕਿ ਵੀ ਕਿਸਾਨ ਨੇ ਅੱਗ ਲਾਤੀ ਜੀ ਪਰਾਲੀ ਨੂੰ ਪਰਾਲੀ ਸਾੜਤੀ ਧੂੰਆਂ ਕਰਤਾ ਵਾਤਾਵਰਨ ਧੁੰਦਲਾ ਕਰਤਾ ਵਾਤਾਵਰਨ ਦੇ ਵਿੱਚ ਖਰਾਬ ਕਰਤਾ ਹੁਣ ਦੂਜਾ ਪਾਸਾ ਨਿਗਾਹ ਮਾਰ ਕੇ ਦੇਖੋ ਵੀ ਉਹ ਫੈਕਟਰੀਆਂ ਨੇ ਬੜੀਆਂ ਬੜੀਆਂ 20 ਸਾਲ ਹੋ ਗਏ ਲੋਕਾਂ ਨੂੰ ਇਹ ਤਾਂ ਲੜੀ ਜਾਂਦੇ ਨੇ ਵੀ ਇਹਨਾਂ ਨੂੰ ਬੰਦ ਕਰਾਓ ਇਹਨਾਂ ਨੂੰ ਬੰਦ ਕਰਾਓ ਨਹੀਂ ਨਾ ਕਰਾਈਆਂ ਸਰਕਾਰ ਨੇ ਬੰਦ ਅੱਜ ਉਹ ਕਲੀਅਰ ਹੋ ਗਏ ਰਿਪੋਰਟ ਸਾਹਮਣੇ ਆ ਗਈ ਕਿ ਪਾਣੀ ਵਰਤਣ ਯੋਗ ਨਹੀਂ ਰਿਹਾ ਤਾਂ ਉਹ ਮੇਰਾ ਕਹਿਣ ਦਾ ਭਾਵ ਹੈ ਵੀ ਚਾਹੇ ਉਹ ਅੱਜ ਜ਼ਮੀਨੀ ਕਬਜ਼ੇ ਛਡਾਉਣ ਦੀ ਗੱਲ ਹੋਵੇ ਚਾਹੇ ਉਹ ਵਾਤਾਵਰਨ ਨੂੰ ਜਾਂ ਪਾਣੀ ਨੂੰ ਬਚਾਉਣ ਦੀ ਗੱਲ ਹੋਵੇ ਜਦੋਂ ਵੱਡਿਆਂ ਵੱਲ ਉਂਗਲ ਜਾਏਗੀ ਉਦੋਂ ਸਰਕਾਰ ਪਿਛਾਂ ਭੱਜਦੀ ਹੈ ਛੋਟੇ ਲੋਕਾਂ ਨੂੰ ਮਤਲਬ ਨਪੀੜਿਆ ਜਾ ਰਿਹਾ ਦਾ ਪੇਜ ਇੱਕੋ ਹੀ ਵਰਤਿਆ ਜਾ ਰਿਹਾ ਜੇਕਰ ਜਿਨ੍ਹਾਂ ਨੇ ਜ਼ਮੀਨਾਂ ਜੇਕਰ ਸਰਕਾਰ ਉਹਨਾਂ ਨੂੰ ਹੈਰਾਨ ਕਰੇਗੀ ਜਾਂ ਹਰਾਸ ਕਰੇਗੀ ਉਹਨਾਂ ਦੀ ਜ਼ਮੀਨਾਂ ਛੜਾਵੇ ਵਿਰੋਧ ਕਰੋ ਦੇਖੋ ਅਸੀਂ ਵਿਰੋਧ ਹੀ ਕਰ ਰਹੇ ਹਾਂ ਆਹ ਇੱਕ ਉਹਨਾਂ ਨੂੰ ਲੀਗਲ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਅਗਰ ਨਹੀਂ ਫਿਰ ਹਟਣਗੇ ਤਾਂ ਫਿਰ ਉੱਥੇ ਗਰਾਊਂਡ 'ਤੇ ਜਾ ਕੇ ਵਿਰੋਧ ਕਰਾਂਗੇ ਜਗਜੀਤ ਸਿੰਘ ਡੱਲੇਵਾਲ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਨੇ ਗੱਲਬਾਤ ਤੁਹਾਡੀ ਕਰਾਈ ਹੋਰ ਵੀ ਕਿਸਾਨ ਲੀਡਰ ਇੱਥੇ ਮੌਜੂਦ ਨੇ ਲਗਾਤਾਰ ਤੁਹਾਡੀ ਗੱਲਬਾਤ ਕਰਾ ਰਹੇ ਹਾਂ ਅੱਜ ਪੰਚਾਇਤੀ ਜ਼ਮੀਨਾਂ ਹੋਵੇਗੀ ਜਿਹੜੇ ਕਿਸਾਨਾਂ ਨੇ ਲੰਮਾ ਅਰਸਾ ਵਾਹ ਕੇ ਜ਼ਮੀਨਾਂ ਨੂੰ ਆਬਾਦ ਕੀਤਾ ਉਹਨਾਂ ਨੂੰ ਸਰਕਾਰ ਜਿਹੜੀ ਜ਼ਮੀਨਾਂ ਖੋ ਰਹੀ ਆ ਉਹਦੇ ਮੁੱਦੇ 'ਤੇ ਚਰਚਾ ਹੋਵੇ ਕੁਲਦੀਪ ਸਿੰਘ ਧਾਲੀਵਾਲ ਨੇ ਜੋ ਪੰਚਾਇਤ ਮੰਤਰੀ ਨੇ ਉਹਨਾਂ ਦੇ ਨਾਲ ਮੀਟਿੰਗ ਹੋਣ ਜਾ ਰਹੀ ਆ ਪੰਜਾਬ ਸਰਕਾਰ ਦੇ ਨਾਲ ਪਹਿਲਾਂ ਮੋਹਾਲੀ ਅਤੇ ਚੰਡੀਗੜ੍ਹ ਦੀ ਹੱਦ 'ਤੇ ਮੋਰਚਾ ਲੱਗਿਆ ਸੀ ਉਸੇ ਦੌਰਾਨ ਸਰਕਾਰ ਨੇ ਕੁਝ ਮੰਗਾਂ ਨੂੰ ਪ੍ਰਵਾਨ ਕਰ ਲਿਆ ਸੀ ਅਤੇ ਅੱਜ ਹੁਣ ਫਿਰ ਮੀਟਿੰਗ ਹੋਣ ਜਾ ਰਹੀ ਆ ਗੱਲਬਾਤ ਕਰਾਵਾਂਗੇ ਹਰਿੰਦਰ ਸਿੰਘ ਲੱਖੋਵਾਲ ਨੇ ਸਾਡੇ ਨਾਲ ਕਿਸਾਨ ਲੀਡਰ ਨੇ ਲੱਖੋਵਾਲ ਸਾਹਿਬ ਅੱਜ ਮੀਟਿੰਗ ਹੋਣ ਜਾ ਰਹੀ ਹੈ ਸਰਕਾਰ ਨਾਲ ਕਿਹੜੇ ਮੁੱਦੇ 'ਤੇ ਚਰਚਾ ਹੋਵੇ
ਅਸੀਂ ਇਹ ਕਹਿੰਦੇ ਹਾਂ ਵੀ ਜਿਹੜੀਆਂ ਵੱਡੀਆਂ ਮੱਛੀਆਂ ਜਿਵੇਂ ਕੁਲਦੀਪ ਸਿੰਘ, ਜਸਟਿਸ ਕੁਲਦੀਪ ਸਿੰਘ ਨੇ ਰਿਪੋਰਟ ਕੀਤੀ ਸੀ ਵੀ 25,000 ਏਕੜ ਚੰਡੀਗੜ੍ਹ ਦੇ ਨੇੜੇ ਪਿਆ, ਜਿਹੜਾ ਜਿਹਦਾ ਕੀਮਤ 5 ਤੋਂ 10 ਕਰੋੜ ਰੁਪਈਆ ਕਿੱਲਾ। ਵੀ ਪਹਿਲਾਂ ਇਹਨਾਂ ਨੂੰ ਉਠਾਓ, 2-2 ਕਿੱਲੇ ਵਾਲੇ ਵਾਦਕਾਰਾਂ ਨੂੰ ਜਿਨ੍ਹਾਂ ਨੇ ਸਾਰੀ ਉਮਰ ਲਾਤੀ ਉੱਥੇ, ਉਹਨਾਂ ਨੂੰ ਕਿਉਂ ਉਠਾ ਤੁਸੀਂ ਰਹੇ ਹੋ, ਅਤੇ ਉਹਨਾਂ ਨੂੰ ਲੀਗਲ ਹੱਕ ਦਿਓ। ਇੱਕ 2017 ਦੇ ਵਿੱਚ ਵੀ ਗੌਰਮੈਂਟ ਨੇ, ਪੰਜਾਬ ਗੌਰਮੈਂਟ ਨੇ ਪੈਸੇ 15,000 ਰੁਪਈਆ ਜਮ੍ਹਾਂ ਕਰਾ ਕੇ 7 ਰਜਿਸਟਰੀਆਂ ਕਰਵਾ ਲਈਆਂ ਸੀ, ਅਤੇ ਉਹਦੇ ਇੰਤਕਾਲ ਵੀ ਹੋ ਗਏ, ਅਸੀਂ ਲੋਨ ਵੀ ਲੈ ਲਏ, ਅਤੇ ਸੁਪਰੀਮ ਕੋਰਟ ਨੇ ਉਹ ਕੈਂਸਲ ਕਰਤੀਆਂ। ਉਹਦੇ ਲਈ ਸਪੈਸ਼ਲ ਤੁਸੀਂ ਸੈਸ਼ਨ ਸੱਦ ਕੇ ਉਹ ਬੰਦਿਆਂ ਨੂੰ ਜਿਹੜੇ ਮਾਲਕੀ ਦੇ ਅਧਿਕਾਰ ਦਿਓ। ਦੂਸਰਿਆਂ ਲਈ ਜਿਵੇਂ ਤੁਸੀਂ ਵੱਡੇ ਘਰਾਣਿਆਂ ਨੂੰ ਜ਼ਮੀਨਾਂ ਦਿੱਤੀਆਂ, ਜਿਹੜੇ ਬੰਦੇ ਲੰਮੇ ਸਮੇਂ ਤੋਂ ਸਾਡੇ ਖੇਤੀ ਕਰ ਰਹੇ ਨੇ, ਉਹਨਾਂ ਨੂੰ ਵੀ ਤੁਸੀਂ ਨੋਮੀਨਲ ਪੈਸੇ ਲੈ ਕੇ ਤੁਸੀਂ ਉਹਨਾਂ ਨੂੰ ਅਧਿਕਾਰ ਦੇ ਦਿਓ। ਨਾਲੇ ਤਾਂ ਸਰਕਾਰ ਕੋਲ 4 ਪੈਸੇ ਆ ਜਾਣਗੇ, ਨਾਲੇ ਉਹਨਾਂ 'ਤੇ ਜਿਹੜੀ ਤਲਵਾਰ ਲਟਕਦੀ ਆ ਉਹ ਆਪਦਾ ਗੁਜ਼ਾਰਾ ਕਰ ਸਕਣ, ਉਹ ਆਪਦਾ ਖੁੱਲ੍ਹੇ ਹੋ ਕੇ ਉੱਥੇ ਕੋਈ ਕਰਜ਼ਾ ਲੈ ਸਕਣ, ਕੋਈ ਚੀਜ਼ ਬਣਾ ਸਕਣ। ਇਹ ਗੱਲਾਂ ਅਸੀਂ ਅੱਜ ਮੰਤਰੀ ਸਾਹਿਬ ਨਾਲ ਕਰਨ ਜਾ ਰਹੇ ਹਾਂ, ਅਤੇ ਫੌਰੀ ਤੌਰ 'ਤੇ ਰੋਕ ਲਾ ਦੇਣੀ ਚਾਹੀਦੀ ਆ। ਅਸੀਂ ਨਜਾਇਜ਼ ਕਬਜ਼ਿਆਂ ਦੇ ਹੱਕ 'ਚ ਨਹੀਂ ਹੈਗੇ, ਜੋ ਨਜਾਇਜ਼ ਕਬਜ਼ੇ ਲੱਗਦੇ ਆ ਉਹਨਾਂ ਨੂੰ ਤੁਸੀਂ ਬੇਸ਼ੱਕ ਛਡਾ ਲਓ। ਜ਼ਮੀਨ ਵਾਲੇ ਮੁੱਦੇ ਦੀ ਚਰਚਾ ਹੋਈ, ਹੋਰ ਵੀ ਕੋਈ ਮੁੱਦਾ ਹੈਗਾ? ਨਹੀਂ, ਅੱਜ ਇਕੱਲੇ ਜ਼ਮੀਨ ਦਾ ਹੀ ਆ, ਇਕੱਲੇ, ਕਿਉਂਕਿ ਉਹ ਮੰਤਰੀ, ਪੰਚਾਇਤੀ ਮੰਤਰੀ ਦੇ ਨਾਲੇ ਉਹਨਾਂ ਦੀ ਅਸੀਂ ਮੀਟਿੰਗ ਲਈ ਹੋਈ ਆ। ਜ਼ਮੀਨੀ ਨਾ ਮੰਤਰੀ ਨਾਲ ਬਹੁਤ ਮੁੱਦੇ ਨੇ ਜਿਹੜੇ ਅੱਜ 2-3 ਘੰਟੇ ਲੱਗਣਗੇ। ਪਿਛਲੇ ਦਿਨੀ ਪੰਜਾਬ ਸਰਕਾਰ ਨੇ ਮੂੰਗੀ 'ਤੇ MSP ਦੇਣ ਦਾ ਐਲਾਨ ਕੀਤਾ ਸੀ, ਕੇਂਦਰ ਸਰਕਾਰ ਨੇ ਵੀ ਪ੍ਰਵਾਨ ਕਰ ਲਿਆ। ਚੰਗੀ ਗੱਲ ਆ, ਮੂੰਗੀ ਕਾਫੀ ਏਰੀਏ 'ਚ ਅਸੀਂ ਮੂੰਗੀ ਲਾਈ, ਅਸੀਂ ਇਹੀ ਵੀ ਕਹਿੰਦੇ ਮੱਕੀ 'ਤੇ ਵੀ ਐਲਾਨ ਕਰਨ, ਬਾਸਮਤੀ 'ਤੇ ਵੀ ਐਲਾਨ ਕਰਨ, ਤਾਂ ਕਿ ਡਾਇਵਰਸੀਫਿਕੇਸ਼ਨ ਹੋ ਸਕੇ। ਨਹਿਰਾਂ ਦਾ ਪਾਣੀ ਬੜਾ ਜ਼ਹਿਰੀਲਾ ਹੁੰਦਾ ਜਾ ਰਿਹਾ, ਹੁਣ ਲੈਟਰ ਜਾਰੀ ਹੋ ਰਹੇ ਨੇ ਕਿ ਤੁਸੀਂ ਪਾਣੀ ਦੀ ਪੀਣ ਲਈ ਵਰਤੋਂ ਨਾ ਕਰੋ, ਸਿੰਚਾਈ ਲਈ ਵਰਤੋ। ਉਹ ਇਹਨਾਂ ਨੂੰ ਫੈਕਟਰੀਆਂ ਫੜਨੀਆਂ ਚਾਹੀਦੀਆਂ, ਜਿਹੜੀਆਂ ਇੰਡਸਟਰੀ ਲੱਗੀ ਹੋਈ ਆ, ਸੀਵਰੇਜ ਦੇ ਪਾਣੀ ਪੈਂਦੇ ਰਹੇ ਆ ਸ਼ਹਿਰਾਂ ਦੇ ਵਿੱਚ, ਸਾਡੇ ਕੋਲ 'ਚ ਬੁੱਢਾ ਨਾਲਾ ਲੰਘਦਾ, ਉਹ ਜਾ ਕੇ ਹਰੀਕੇ ਪੱਤਣ 'ਤੇ ਦੇਖੋ ਤੁਸੀਂ ਕਿੰਨਾ ਗੰਧਲਾ ਪਾਣੀ ਕਰ ਦਿੰਦਾ, ਨਹਿਰਾਂ ਦੇ ਪਾਣੀ ਗੰਧਲੇ ਹੋ ਰਹੇ ਨੇ। ਸੋ ਉਹਨਾਂ ਸਖਤੀ ਨਾਲ ਸਰਕਾਰ ਨੂੰ ਉੱਥੇ ਪੇਸ਼ ਹੋਣਾ ਚਾਹੀਦਾ, ਅਤੇ ਉਹ ਪਾਣੀ ਜਿਹੜੇ ਰੋਕਣੇ ਚਾਹੀਦੇ, ਟ੍ਰੀਟਮੈਂਟ ਪਲਾਂਟ ਲਾਉਣੇ ਚਾਹੀਦੇ। ਜਿਹੜੇ ਚੰਡੀਗੜ੍ਹ ਅਤੇ ਮੋਹਾਲੀ ਏਰੀਏ ਦੇ ਵਿੱਚ ਜ਼ਮੀਨ ਦੱਬੀ ਬੈਠੇ ਨੇ, ਲੀਡਰ ਵੀ ਇਹਨਾਂ ਵਿੱਚ ਵੱਡੇ ਅਫਸਰ ਵੀ ਨੇ, ਕਹਿੰਦੇ ਜੇਕਰ ਉਹ ਜ਼ਮੀਨ ਛਡਾਈ ਜਾਵੇ ਤਾਂ ਪੰਜਾਬ ਦਾ ਸਾਰਾ ਕਰਜ਼ਾ ਉਤਰ ਸਕਦਾ। ਹਾਂ, 25,000 ਏਕੜ ਜਸਟਿਸ ਕੁਲਦੀਪ ਸਿੰਘ ਨੇ ਕਹੇ ਸੀ, ਉਸੀ ਮੈਂ ਗੱਲ ਕਰਦੇ, 5 ਤੋਂ 10 ਕਰੋੜ, 20 ਕਰੋੜ ਵੀ ਹੋ ਸਕਦਾ ਕਿੱਲੇ ਦਾ ਰੇਟ ਹੋਵੇ, ਸਾਰੀ ਜ਼ਮੀਨ ਉਹੀ ਛੱਡ ਕੇ ਤੁਸੀਂ ਉਹ ਸਰਕਾਰ ਵੇਚ ਲਵੇ ਤਾਂ 3 ਲੱਖ ਕਰੋੜ ਰੁਪਈਆ ਕਰਜ਼ਾ ਕੋਈ ਐਡੀ ਗੱਲ ਨਹੀਂ, ਉਹੀ ਉੱਤਰ ਸਕਦਾ। ਸਰਕਾਰ 'ਤੇ ਦਬਾਅ ਪਾਵਾਂਗੀ, ਸਭ ਤੋਂ ਪਹਿਲਾਂ ਉਹ ਛਡਾਓ। ਹਾਂ, ਅੱਜ ਪਹਿਲੀ ਗੱਲ ਇਹ ਹੋਊ ਵੀ ਸਾਰਿਆਂ ਨੂੰ ਪਹਿਲਾਂ ਉਹ ਛਡਾਓ, ਸਵਾਦ ਦੀ ਗੱਲ ਤਾਂ। ਹਰਿੰਦਰ ਸਿੰਘ ਲੱਖੋਵਾਲ, ਕਿਸਾਨ ਲੀਡਰ, ਜਿਨ੍ਹਾਂ ਨੇ ਸਾਫ਼ ਕਿਹਾ ਕਿ ਜਿਹੜੀ ਮੋਹਾਲੀ ਚੰਡੀਗੜ੍ਹ ਦੇ ਏਰੀਏ ਦੇ ਵਿੱਚ ਜ਼ਮੀਨ ਦੱਬੀ ਹੋਈ ਆ, ਸਭ ਤੋਂ ਪਹਿਲਾਂ ਸਰਕਾਰ ਉਸ ਜ਼ਮੀਨ ਤੋਂ ਕਬਜ਼ਾ ਛਡਾਵੇ ਜਿਸ ਦੇ ਨਾਲ ਪੰਜਾਬ ਦਾ ਕਰਜ਼ਾ ਵੀ ਉਤਰ ਸਕਦਾ ਹੈ। ਇਸ ਬਾਰੇ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਹੋਇਆ ਵੀ ਕਿਸ ਤਰ੍ਹਾਂ ਧਨਾਡਾਂ ਦੇ ਵੱਲੋਂ ਮੋਹਾਲੀ ਚੰਡੀਗੜ੍ਹ ਦੇ ਏਰੀਏ ਦੇ ਵਿੱਚ ਜ਼ਮੀਨ ਦੱਬੀ ਹੋਈ ਹੈ। ਹੋਰ ਵੀ ਅਸੀਂ ਕਿਸਾਨ ਲੀਡਰਾਂ ਨਾਲ ਤੁਹਾਡੀ ਗੱਲਬਾਤ ਕਰਾਉਣ ਦਾ ਯਤਨ ਕਰਾਂਗੇ। ਬਲਦੇਵ ਸਿੰਘ ਸਿਰਸਾ ਨੇ, ਸਿੱਖ ਲੀਡਰ ਨੇ, ਕਿਸਾਨ ਲੀਡਰ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ। ਮੀਟਿੰਗ ਹੁਣੇ ਹੁਣੇ ਖਤਮ ਹੋਈ ਆ ਗੁਰਦੁਆਰਾ ਅੰਬ ਸਾਹਿਬ ਦੇ ਵਿੱਚੋਂ। ਸਿਰਸਾ ਸਾਹਿਬ, ਅੱਜ ਫਿਰ ਡੇਰੇ ਵਾਲਾ ਮਸਲਾ ਰੱਖੋਗੇ ਜਿਹੜੀ ਕਰੋੜਾਂ ਦੀ ਜ਼ਮੀਨ? ਦੇਖੋ, ਇਕੱਲੇ ਡੇਰੇ ਦਾ ਨੀਗਾ, ਇਹ ਆ ਵੀ ਜਿਹੜੇ ਮਗਰਮੱਛ ਨੇ ਜਿਨ੍ਹਾਂ ਨੇ ਪੰਚਾਇਤੀ ਜ਼ਮੀਨਾਂ ਦੇ ਉੱਤੇ ਬਹੁਤ ਵੱਡੇ ਕਬਜ਼ੇ ਕੀਤੇ ਨੇ, ਆਹ ਤੁਸੀਂ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਲੈ ਲਓ, ਇਹ ਕਿਤੇ ਘੱਟ ਹੈ, ਇਹ ਤਾਂ ਉਸ ਤੋਂ ਵੀ ਵੱਡਾ। ਸੋ ਜਿਹੜੇ ਮਗਰਮੱਛ ਨੇ ਜਿਹੜੇ, ਉਹਨਾਂ ਦੀ ਗੱਲ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਉਹਨਾਂ ਤੋਂ ਵੀ ਕਬਜ਼ੇ ਛਡਾਏ ਜਾਣ। ਇਹ ਸਨ ਬਲਦੇਵ ਸਿੰਘ ਸਿਰ ਸਾਹਿਬ। ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਲੀਡਰਾਂ ਦਾ ਕਾਫਲਾ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਰਵਾਨਾ ਹੋ ਰਿਹਾ ਮੀਟਿੰਗ ਦੇ ਲਈ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ। ਸਭ ਤੋਂ ਅਹਿਮ ਮੁੱਦਾ ਜ਼ਮੀਨਾਂ ਦਾ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜੋ ਪੰਚਾਇਤੀ ਜ਼ਮੀਨਾਂ 'ਤੇ ਕਬਜ਼ਾ ਕਰ ਰਹੇ ਨੇ। ਪੰਚਾਇਤੀ ਜ਼ਮੀਨਾਂ 'ਤੇ ਜਿਹੜੇ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਛੁਡਾ ਰਹੀ ਆ, ਪਰ ਹੁਣ ਕਿਸਾਨਾਂ ਦਾ ਕਹਿਣਾ ਕਿ ਜਿਨ੍ਹਾਂ ਕਿਸਾਨਾਂ ਨੇ ਲੰਬਾ ਅਰਸਾ ਵਾਹ ਕੇ ਜ਼ਮੀਨ ਨੂੰ ਆਬਾਦ ਕੀਤਾ, ਸਰਕਾਰ ਉਹਨਾਂ ਨੂੰ ਉਜਾੜ ਰਹੀ ਆ, ਪਰ ਅਸੀਂ ਇਸਦਾ ਡਟ ਕੇ ਵਿਰੋਧ ਕਰਾਂਗੇ। ਸਰਕਾਰ ਨੂੰ ਚਾਹੀਦਾ ਕਿ ਸਭ ਤੋਂ ਪਹਿਲਾਂ ਉਹਨਾਂ ਲੀਡਰਾਂ ਦੇ ਜਿਨ੍ਹਾਂ ਨੇ ਜ਼ਮੀਨ ਦੱਬੀ ਹੋਈ ਆ, ਧਨਾਡਾ ਨੇ ਜ਼ਮੀਨ ਦੱਬੀ ਹੋਈ ਆ ਮੋਹਾਲੀ ਅਤੇ ਚੰਡੀਗੜ੍ਹ ਦੇ ਏਰੀਏ ਦੇ ਵਿੱਚ, ਸਰਕਾਰ ਸਭ ਤੋਂ ਪਹਿਲਾਂ ਉਹਨਾਂ ਜ਼ਮੀਨਾਂ ਨੂੰ ਛਡਾਵੇ ਤਾਂ ਕਿ ਪੰਜਾਬ ਦਾ ਉਸ ਜ਼ਮੀਨ ਦੇ ਨਾਲ ਜੇਕਰ ਕਬਜ਼ਾ ਛਡਾਉਂਦੀ ਹੈ ਸਰਕਾਰ ਤਾਂ ਉਹ ਕਰਜ਼ਾ ਵੀ ਉਤਰ ਸਕਦਾ। ਅੱਜ ਵੱਡੀ ਮੰਗ ਰੱਖੀ ਇਹਨਾਂ ਨੇ, ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਸੀ ਉਹਨਾਂ ਦਾ ਮੰਥਨ ਹੋਇਆ, ਮੀਟਿੰਗ ਦੇ ਵਿੱਚ ਚਰਚਾ ਹੋਈ ਆ ਕਿ ਜੋ ਸਰਕਾਰ ਆਬਾਦਕਾਰ ਕਿਸਾਨਾਂ ਨੂੰ ਜਿਨ੍ਹਾਂ ਨੇ 50-50 ਸਾਲ, 40-40 ਸਾਲ, 20-20 ਸਾਲ ਹੋ ਗਏ ਨੇ ਜ਼ਮੀਨਾਂ ਨੂੰ ਆਬਾਦ ਕੀਤਾ, ਉਹਨਾਂ ਨੂੰ ਜ਼ਮੀਨਾਂ ਖੋਹ ਰਹੀ ਆ, ਉਹਨਾਂ ਨੂੰ ਛਡਾ ਰਹੀ ਆ। ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣ, ਉਹ ਜ਼ਮੀਨ ਉਹਨਾਂ ਦੀ ਆ ਕਿਉਂਕਿ ਉਹਨਾਂ ਨੇ ਆਬਾਦ ਕੀਤੀ ਆ, ਅਨੇਕਾਂ ਔਂਕੜਾਂ ਦਾ ਸਾਹਮਣਾ ਕਰਕੇ ਜ਼ਮੀਨ ਨੂੰ ਵਾਹੀਯੋਗ ਬਣਾਇਆ, ਤਾਂ ਹੀ ਫਸਲ ਉਹ ਜ਼ਮੀਨਾਂ ਦੇ ਉੱਪਰ ਉੱਗਦੀ ਹੈ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਜਿਹੜੇ ਕਿਸਾਨ ਲੀਡਰਾਂ ਦਾ ਕਾਫਲਾ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਦੇ ਲਈ ਰਵਾਨਾ ਹੋ ਰਿਹਾ ਹੈ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਮੀਟਿੰਗ
करनगे पंजाब भवन मीटिंग होने जा रही है, क्योंकि बीते दिन जदों मोहाली तो चंडीगढ़ की हद ते मोर्चा लग्या सी तां उदों भी ये मंग रखी गई सी कि जिहड़ी जमीन है दबी हुई है लीडर वो छुड़ाई जाए, जो किसानां नूं जिहड़े किसानां ने जमीन आबाद की है तो उन्होंने सरकार ना तंग करे अजिही मंग रखी जाएगी। नाल दे नाल पानी का भी जिक्र किया कि जिन्हां फैक्ट्रियां का जहरीला पानी नहरां दे विच पै रहा ते उन्होंने भी सरकार जिहड़ी कार्रवाई करे, क्योंकि हर रोज़ खबर आ रही ने अखबारों दी सुर्खियां होंदियां ने कि अज इस हल्के की नहर का पानी जहरीला हो गया, कि लोग पीण दे लई पानी की वरतों ना करन, सिंचाई दे लई वरतों करन। तस्वीर तुहानूं दिखा दिंदे आ कि किसान जथेबंदियों का काफिला जिहड़ा आगू इत्थे मौजूद ने, जथेबंदियों की मीटिंग हुई है। मीटिंग दे विच मंथन होया कि पूरे ठोस तरीके दे नाल तस्वीर दिखा दें तुहानूं। हरिंदर सिंह लखोवाल गड्डी दे विच बैठ रहे ने, पंजाब सरकार दे नाल मीटिंग करन दे लई जांदे होए ने। किसान देखना होगा कि सरकार दे नाल की फैसला हुंदा है, सरकार किसानां दीआं इह मंग नूं प्रवान करदी है जां नहीं। देखना होगा अज पंजाब सरकार दे नाल पंजाब भवन दे विच मीटिंग हुंदी है। हरिंदर सिंह लखोवाल मीटिंग दे लई रवाना होए ने इत्थों गुरद्वारा अंब साहिब दे विचों। लगातार तुसीं डीफैप पंजाब भवन तो भी असीं पूरी अपडेट देवांगे, साडी टीम दूजी उत्थे मौजूद आ, दसेगी कि पंजाब सरकार ते किसानां दे विचकार आखिरकार की गलबात हुई आ, की सरकार ऐलान करेगी जो पंचायती जमीनां तों सरकार कब्जे छुड़ा रही है। नाल दी नाल इन्हां किसान जथेबंदियां दी मंग इही है कि जिहड़े किसानां ने जमीनां नूं आबाद कीता उन्हां नूं सरकार तंग कर रही है, उन्हां तों जमीनां खोहण ते लगी आ, पर अजिहा कर नहीं दिता जाएगा। तुसीं लगातार डीफैब चैनल पंजाबी दे नाल जुड़े रहो। कैमरामैन जॉनसन दे नाल कुलदीप सिंह पोड़े, डीफैब चैनल पंजाबी मोहाली। होएगी किसानां दी गल, नवीं खेती मशीनां बीजां ते बागां दी गल लैके चलांगे तुहानूं रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच, सोमवार तो शुक्रवार शाम 6 बजे D5 चैनल पंजाबी ते। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com D5 चैनल पंजाबी। हुणे सबस्क्राइब करो, बैल आइकन ते क्लिक करो।